हौसला रख, रब भली करूंगा। नहीं मिल सकाओ रे, छेती फड़ा पड़ी है मैंने पानी थोड़ी थोड़ी मैंने घबराई घबराहट हुई है साढ़े बाद। तू ही रब कर, भली करूंगा रब। अगे कड़ा करें उन दे जवाक आओ रे, तू बाली पैसे चली क्यों चल पुत आ गई तेरी मासी। बीरा नु फोन करदा, बीरा परदेसा च बैठा है, ओ की करू पुत। चंगा मम्मी करे। हां वाहेगुरु भली करी मेरी नूं भरी झोली उठे, मेरा पुतला पहाड़ा च बैठा, बस हूं तो तेरे ते ही डोरिया। सच्चे पातशाह मेहर करी दादिया, मेहर करी मेर करी दाते, मेर करी। नहीं भैने तेन भी बधाइयां, हले तो दिन पाए थे, चल रब ने सुन ली है ना। भैने तू तो साढ़े वास्ते रब बन के आई थी, मेरे बोले पुत्र भाग ला तेरा। चलो ठीक है, वधिया रंग ला भाग ला। मैं तो फोन कर दिया, फोन फान फेर करी, पहला मैनू कपड़ा लीड़ा दे भाई, मैं सामा हो जवाक पुत्र। राणी नी राणी नी राणी पुत्र रिहा हेलो। हेलो हाँ पुत, मैं जगशीर की मम्मी बोल रही हूँ। सत श्री अकाल माता जी, जगशीर ना गल कराई। हाँ जी हाँ, जरनैल सिंह। हाँ जी सर, जगशीर दे माता जी का फोन आया, उन्होंने भेजो। ओके सर। माता जी होल्ड मैं करवाना गल। जगशीर ऐ करी सारे जवानों के ना उधर ही राउंड लवा लिया करो, है ना। यस सर। ते जो चीज की कमी पेशी आ उन्हें पूरा करो। ओके ते मैनू बार बार कहना मुकन दो, ठीक है ना। ठीक है ठीक है। ओके जवान। यस सर। अमरीक तू ऐ कर, उधर मोर्चा संभाल है। यस सर। ते ध्यान रखी सारी ड्यूटी दे, ठीक है। ओके सर। ओके ओके जगशीर। ओके ओके सर। ना जगशीर के घर का फोन आया जी। जगशीर ऐ कर फोन सुन जाके ते जेड़ी तू ड्यूटी कही उन्होंने, ठीक है। ओके सर। ओके जवान। हेलो। हां पुत किवें आ तू? मेरा दिल कर देना भी हुणे कोई ऐसा जहाज उड्डे जेड़ा सीधा मैनू थोड़ी भरजाई दे। यार सब तो डर बहुत लगता है यार, भरजाई ने मुंडा जम के देता, तू इन्हें नहीं कर सकता। केर केर फिर भाई मेरे नाल चलो। सी नाल यार तू चलता सही। हां चल चल ना तो चल चल। हां जगशीर किवें ना होया? पर मैं छुट्टी लिए पूछना है। जगशीर तेन पता ना किथे पक्के सबमिशन नहीं आए हुए, नाले कुछ दिनों बाद अपन नीचे जाना ही है। पर सर मेरी वाइफ लोए बच्चा है, मेरा बहुत दिल करता छुट्टी जाने। सर जगशीर बड़ी खुशी की गल है, पर छुट्टी मिली पॉसिबल नहीं। सर जी हो सके तो कर लो ही गल को।
ਜਗਸੀਰ ਐਂ ਕਰਦਾ ਮੈਂ ਦੇਖਦਾ ਹਾਈ ਕਮਾਂਡ ਨਾਲ ਗੱਲ ਕਰਕੇ ਜੇ ਛੁੱਟੀ ਮਿਲੇ ਤੁਹਾਨੂੰ ਦੱਸਦਾ ਮੈਂ ਥੈਂਕ ਯੂ ਸਰ ਜੋਤ ਮੈਂ ਸਵੇਰੇ ਜਾਣਾ ਯਾਰ ਤੂੰ ਹੁਣੇ ਕਿਉਂ ਮੂਡ ਖਰਾਬ ਕਰੇ ਜਗਸੀਰ ਹਜੇ ਕਿੰਨੇ ਕੁ ਦਿਨ ਹੋਏ ਸੀ ਤੁਹਾਨੂੰ ਆਇਆਂ ਨੂੰ ਅਤੇ ਹੁਣ ਫਿਰ ਜਾਣ ਦੀਆਂ ਗੱਲਾਂ ਕਰ ਰਹੇ ਹੋ ਉਹ ਯਾਰ ਮੇਰਾ ਦਿਲ ਥੋੜ੍ਹੀ ਕਰਦਾ ਤੇ ਇੱਥੋਂ ਦੂਰ ਜਾਣ ਉਹ ਤਾਂ ਸਾਹਿਬ ਦੀ ਕਾਲ ਨਾ ਆਉਂਦੀ ਤਾਂ ਛੁੱਟੀ ਤਾਂ ਹਾਲੇ ਮੇਰੀ 15 ਦਿਨਾਂ ਦੀ ਪਈ ਸੀ ਮੈਂ ਥੋੜ੍ਹੀ ਜਾਣਾ ਸੀ ਨਾਲੇ ਤੂੰ ਨਾਰਾਜ਼ ਨਾ ਮੈਂ ਜਲਦੀ ਆ ਜਾਊਂ ਦੁਬਾਰਾ ਛੁੱਟੀ ਬਸ ਕਰੋ ਜਾਣ ਦੇ ਮੈਂ ਤੁਹਾਡੇ ਫੌਜੀਆਂ ਦੇ ਲਾ ਰਹੇ ਇੱਕ ਮਹੀਨੇ ਦੀ ਛੁੱਟੀ ਕਹਿ ਕੇ ਸਾਲ ਸਾਲ ਨਹੀਂ ਆਉਂਦੇ ਯਾਰ ਕੀ ਕਰੀਏ ਫਰਜ਼ ਵੀ ਤਾਂ ਜ਼ਰੂਰੀ ਹੈ ਨਾਲੇ ਤੂੰ ਐਂ ਕਰੇ ਜਲਦੀ ਜਲਦੀ ਕੋਈ ਖੁਸ਼ੀ ਵਾਲੀ ਖਬਰ ਸੁਣਾਈ ਦੇਖੀ ਉਸੇ ਟਾਈਮ ਛੁੱਟੀ ਆ ਜਾਊਂਗਾ ਜੀ ਸਾਹਿਬ ਠੀਕ ਹੈ ਸਾਹਿਬ ਥੈਂਕ ਯੂ ਸਾਹਿਬ ਜਗਸੀਰ ਤੇਰੇ ਲਈ ਬੜੀ ਖੁਸ਼ੀ ਦੀ ਗੱਲ ਆ ਤੇਰੀ ਛੁੱਟੀ ਮਨਜ਼ੂਰ ਹੋ ਗਈ ਤੂੰ ਸਵੇਰੇ ਜਾ ਸਕਦਾ ਹੈ ਥੈਂਕ ਯੂ ਸਰ ਥੈਂਕ ਯੂ ਸੋ ਮਚ ਸਰ ਕਰਨੈਲ ਕੀ ਲੱਗਦਾ ਯਾਰ ਮਿਲੂ ਛੁੱਟੀ ਲੈ ਮਿਲੇਗੀ ਮਿਲੇਗੀ ਕਿਉਂ ਨਾ ਅੱਛਾ ਪੱਕੀ ਗੱਲ ਹੈ ਹਾਂ ਚੱਲ ਦੇਖਦੇ ਹਾਂ ਆ ਗਏ ਹਾਂ ਬਾਈ ਕੀ ਬਣਿਆ ਬਣਨਾ ਕੀ ਸੀ ਯਾਰ ਸਾਹਿਬ ਨੂੰ ਤਾਂ ਛੁੱਟੀ ਮਨਜ਼ੂਰ ਹੈ ਕਰਤੀ ਹੈ ਕਿਵੇਂ ਹੈਲੋ ਹਾਂ ਪੁੱਤ ਸੁਰਸ਼ੈਮ ਕਿਵੇਂ ਆ ਤੇਰੇ ਪਾਪਾ ਬਾਹਰ ਡਾਊਨ ਹੋ ਰਹੇ ਪੁੱਤ ਇਹਦਾ ਪਤਾ ਲੈ ਜਾਂਦਾ ਕਿ ਗੱਲ ਕਰ ਲਾ ਤੇਰੇ ਪਾਪੇ ਹੈਲੋ ਪੁੱਤ ਹਾਂ ਬਾਪੂ ਕਿਵੇਂ ਆਜਾ ਪੁੱਤਰ ਸੇਵਾ ਹੋਰ ਮੈਂ ਤੰਗ ਹੋ ਰਿਹਾ ਦਵਾਈਆਂ ਦਵੂਈਆਂ ਨਾਲ ਕਾਹਨੂੰ ਆਰਾਮ ਆਉਂਦਾ ਗਾ ਤੂੰ ਆ ਕੇ ਜਦੋਂ ਪੂਰਾ ਹੋ ਗਿਆ ਫੇਰ ਆਈ ਲੈ ਛੋਟੇ ਨਾਲ ਗੱਲ ਕਰ ਲੈ ਪੁੱਤ ਹੈਲੋ ਹੈਲੋ ਗੁਰਮਾ ਕਿਵੇਂ ਯਾਰ ਬਾਪੂ ਦਵਾਈ ਦਵੂਈ ਦਵਾ ਦੋਗੇ ਤੂੰ ਬਈ ਜਿੱਥੋਂ ਜਿੱਥੋਂ ਕਹਿਤੀ ਉੱਥੋਂ ਉੱਥੋਂ ਸਾਰੇ ਕਿਤੋਂ ਦਵਾਤੀ ਜਮਾਂ ਫਰਕ ਨਹੀਂ ਬਾਪੂ ਨੂੰ ਨਾਲੇ ਹੁਣ ਤਾਂ ਡਾਕਟਰ ਵੀ ਜਵਾਬ ਦੇ ਜਾਂਦੇ ਨੇ ਬਈ 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 ਛੁੱਟੀ ਲੈ ਕੇ ਆਇਆ ਯਾਰ ਤੂੰ ਡਾਕਟਰ ਕਹਿੰਦੇ ਘਰੀ ਦੇਖਭਾਲ ਕਰ ਲਓ ਬਾਪੂ ਦੀ ਹੁਣ ਨਹੀਂ ਬਾਪੂ ਬਚਦੇ ਬਈ ਬਈ ਤੂੰ ਆ ਜਾ ਯਾਰ ਜਿੰਨੀ ਛੇਤੀ ਹੋ ਸਕਦਾ ਉਨੀ ਛੇਤੀ ਆ ਜਾ ਬਈ ਠੀਕ ਆ ਬਈ ਬਾਈ ਤੂੰ ਆਪਣਾ ਵੀ ਖਿਆਲ ਰੱਖੀ ਚੰਗਾ ਬਾਈ
ਚਾਰ ਦਿਨਾਂ ਦੀ ਛੁੱਟੀ ਮਾਰ ਲਾ ਕਾਲਜ ਤੋਂ ਹੈ ਮੈਂ ਦੱਸ ਇਹ ਜਵਾਕਾਂ ਨੂੰ ਸਾਂਭਾਂ ਕਿ ਆਏਗਾ ਇਹਨੂੰ ਸਾਂਭਾਂ ਕੰਮ ਵਧਿਆ ਪੈਗਾ ਵਧਾਈਆਂ ਆਚੀ ਵਧਾਈਆਂ ਪੁੱਤ ਤੈਨੂੰ ਵੀ ਬਹੁਤ ਬਹੁਤ ਗੁਰੂ ਭਲਾ ਕਰੇ ਮਿੱਠਾ ਮੂੰਹ ਕਰਾਉਣ ਦੇ ਮਾਰਾਂ ਜਾਂ ਚੀ ਦੱਸੀ ਨਹੀਂ ਗਿਆ ਹੈ ਵੀ ਘਰੇ ਭਤੀ ਨੇ ਜਨਮ ਲਿਆ ਗਾ ਨਾ ਪੁੱਤ ਇਹ ਜਿਹੜੇ ਕੋਈ ਗੱਲ ਨਹੀਂ ਮੈਂ ਤਾਂ ਆਪ ਹਲੇ ਮੱਥੇ ਮੱਥੇ ਨੂੰ ਟਿੱਕ ਕੇ ਹੈਗੇ ਜੀ ਪਈਆਂ ਗੀ ਉਹ ਚੰਗਾ ਉਹ ਜਗਸੀਰ ਨੂੰ ਲਾਵਾ ਸੁਨੇਹਾ ਕਿ ਨਹੀਂ ਲਾ ਤਾਂ ਪੁੱਤ ਉਹ ਤਾਂ ਆਉਂਦਾ ਹੂ ਤੁਹਾਡਾ ਖਾਈਆ ਲੈ ਕੇ ਆਉ ਫਿਕਰ ਨਾ ਕਰੋ ਠੀਕ ਆ ਚੀ ਫਿਰ ਜਗਸੀਰ ਨੂੰ ਮਿਲਾਂਗੇ ਚੰਗਾ ਉਹ ਰੰਬ ਫਿਰ ਕਾਰੋਬਾਰ ਬੱਚੇ ਛੱਡ ਕੇ ਹੋ ਫੌਜੀ ਵੀਰ ਹੋ ਹਾਂ ਬੀਜਵਾਨੋ ਮਾਰੇ ਜਗਸੀਰ ਭਾਈ ਕਾ ਘਰ ਹੋਇਆ ਛੋਰਾ ਪਰ ਅੱਜ ਇਸੀ ਪਾਰਟੀ ਕਰਨੀ ਹੈ ਕਿਸੇ ਨਾ ਕੋਈ ਉੱਠਣਾ ਅਗਰ ਜੇ ਉੱਠ ਗਿਆ ਤਾਂ ਬਾਈ ਅਗਲੀ ਪਾਰਟੀ ਉਸੇ ਤਾਂ ਲਿਆਂਗੇ ਠੀਕ ਹੈ ਮਨਜ਼ੂਰ ਹੈ ਜਗਸੀਰ ਉੱਠਦਾ ਪਹਿਲਾਂ ਬਾਈ ਐਤੇ ਆਪਾਂ ਉੱਠਣ ਨਹੀਂ ਲੈਣਾ ਉਹਨੂੰ ਅਰੇ ਕੋਈ ਨਹੀਂ ਉੱਠਣ ਦੇਾਂਗੇ ਆੜਾ ਲਟਾ ਕੇ ਛੋੜਾਂਗੇ ਕਿਸੀ ਬਾਤਾਂ ਕਰ ਰਹੇ ਯਾਰ ਉਹ ਅਰੇ ਤੂੰ ਕੀ ਕਰਨ ਲੱਗ ਗਿਆ ਓਏ ਆ ਲਓ ਵੀ ਮਿੱਤਰੋ ਵਾਹ ਕੀ ਬਾਤ ਹੈ ਕੰਜਰੋ ਇੰਨੀ ਜਿੱਤ ਤਾਂ ਤੁਹਾਡੀ ਭਰਜਾਈ ਨਹੀਂ ਕਰਦੀ ਜਿੰਨੀ ਤੁਸੀਂ ਕਰਕੇ ਬਹਿ ਗਏ ਇਹਦੇ ਪਿੱਛੇ ਅਰੇ ਬਾਈ ਇਹ ਤੂੰ ਚਲਾ ਜਾਏਗਾ ਦੋ ਮਹੀਨੇ ਤਾਂ ਨਾ ਆਉਣਾ ਨਹੀਂ ਭਰਜਾਈ ਤਾਂ ਤੇਰੀ ਆਥਣ ਤੜਕੇ ਮੈਨੂੰ ਲਾਂਭੇ ਦਿੰਦੀ ਸੀ ਕਹਿੰਦੀ ਆਏਗਾ ਕਿਤੇ ਮੈਂ ਹੁਣ ਪੇਕੀ ਚਲੀ ਜਾਵਾਂ ਚੱਲ ਕੋਈ ਨੀ ਸਾਹਿਬ ਨੀ ਆਏ ਹਲੇ ਸਾਹਿਬ ਆਉਣ ਲੱਗ ਰਹੇ ਬਾਈ ਸਾਹਿਬ ਨੂੰ ਲਾਉਣਾ ਤੇ ਸੁਨੇਹਾ ਯਾਰ ਹੁਣ ਉਹਨੇ ਸੋਚਣਾ ਮਿਲੀ ਆ ਕਿ ਆਪਣੇ ਇਲਾਕੇ 'ਚ ਕੁਛ ਅੱਤਵਾਦੀ ਆ ਚੁੱਕੇ ਨੇ ਤਾਂ ਪਾਰਟੀ ਸ਼ਾਰਟੀ ਬਾਅਦ 'ਚ ਕਰ ਰਹੀ ਪੁੱਤਰੋ ਤਾਂ ਚਲੋ ਫਿਰ ਮੌਕਾ ਸਮਾ ਦਈਏ ਜੀ ਸਰ ਜੀ ਸਰ ਚਲੋ ਹੁਣ ਵਕਤ ਆ ਗਿਆ ਆਪਣੇ ਇੰਨੇ ਮਹੀਨਿਆਂ ਦੀ ਮਿਹਨਤ ਨੂੰ ਜਾਣ ਆਪਾਂ ਫੌਜੀਆਂ ਦੇ ਬੇਸ ਕੈਂਪ ਦੇ ਬਹੁਤ ਨੇੜੇ ਆ ਚੁੱਕੇ ਹਾਂ ਰਾਣੀ ਕਿਸੇ ਨੂੰ ਇਕੱਲੇ ਇਕੱਲੇ ਦਾ ਬਦਲਾ ਲੈਣਾ ਆਪਣੇ ਭਾਈਆਂ ਨੂੰ
शगन होंदा नहीं 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 मैं की सोच रही हूँ नहीं ऐसे कुछ नहीं होंदा पर शहीद हो रहा बच्चे का मुंह नहीं देख सकता मिशन कामयाब रहा सर दो अत्तवादी फड़े गए एक मारा गया वेरी गुड जमानो ऐ करो इन्हों लगा उठाने सर एक दुख की खबर भी है वो की गल जवान जगसीर सिंह शहीद हो गए ओ नो बहुत माड़ा होया हूँ तो सवेरे छुट्टी जाना सीगा उसके घर बेटा पैदा होया सीगा पर इस समय पर उसके घर स्नेहा लाते भी चंगे लगते है चलो कोई गल नहीं आप सवेरे दस देना है ना चलो बस 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 चलो पैसो हूँ मीमिया कर ओहो की हो गया जी लड्डू नु ओ बस 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 ओ नहीं नहीं बस बस पापा नहीं होंगे पापा तो दस्ते चले बच्चे तो चेते मिला ना होंगे ना ओ बस बस ओए 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 की गल बुत्ती हेलो हाँ तो हाँ जी हाँ जगसीर मामा की होया मामा की होया दसों से जगसीर कितने आ अखियां नूं रोने दे गे
ਅਕਾਲ ਦੋਸਤੋ, ਹੁਣ ਤੁਸੀਂ ਸਾਡੀ ਸ਼ਾਰਟ ਮੂਵੀ ਦੇਖੀ ਜਿਸ ਨੂੰ ਬਣਾਉਣ ਵਾਸਤੇ ਸਾਡੀ ਸਾਰੀ ਟੀਮ ਦੀ ਬਹੁਤ ਮਿਹਨਤ ਲੱਗੀ ਹੈ। ਦੋਸਤੋ, ਸਾਨੂੰ ਇਹ ਤਾਂ ਕਲੀਅਰ ਹੈ ਕਿ ਇੰਡੀਅਨ ਆਰਮੀ ਦੀ ਕੋਈ ਵੀ ਰੀਸ ਨਹੀਂ ਕਰ ਸਕਦਾ, ਫਿਰ ਅਸੀਂ ਤਾਂ ਚੀਜ਼ ਹੀ ਕੀ ਹਾਂ। ਪਰ ਫਿਰ ਵੀ ਅਸੀਂ ਇੱਕ ਕੋਸ਼ਿਸ਼ ਕੀਤੀ ਹੈ ਫੌਜੀ ਵੀਰਾਂ ਦੇ ਹਾਲਾਤਾਂ ਨੂੰ ਬਿਆਨ ਕਰਨ ਦੀ, ਅਤੇ ਮੈਂ ਉਮੀਦ ਕਰਦਾ ਤੁਹਾਨੂੰ ਬਹੁਤ ਪਸੰਦ ਆਈ ਹੋਊਗੀ। ਹਾਂ, ਕਮੀਆਂ ਜ਼ਰੂਰ ਹੋਣਗੀਆਂ ਕਿਉਂਕਿ ਸਾਨੂੰ ਅਰੇਂਜਮੈਂਟ ਕਰਨ ਦੇ ਵਿੱਚ ਬਹੁਤ ਪ੍ਰੋਬਲਮ ਆਈ। ਇਹ ਜਿਹੜੀ ਫੌਜੀ ਵਰਦੀ ਹੈ ਇੰਨੀ ਸੌਖੀ ਨਹੀਂ ਮਿਲਦੀ, ਸਾਨੂੰ ਬਹੁਤ ਸਾਰੀਆਂ ਕਮੀਆਂ ਲੱਗੀਆਂ, ਜਿਵੇਂ ਕਿ ਸ਼ੂਜਾਂ ਦੀ ਜਾਂ ਮਤਲਬ ਅਸਲੇ ਦੀ। ਜਿੰਨਾ ਕੁ ਸਭ ਤੋਂ ਕੁਛ ਹਾਇਰ ਹੋਇਆ ਉਹ ਅਸੀਂ ਕੀਤਾ, ਬਾਕੀ ਜੇ ਕੋਈ ਕਮੀਆਂ ਰਹਿ ਗਈਆਂ ਉਹ ਤੁਸੀਂ ਮਾਫ਼ੀ ਦਿਓ ਆਪਣੇ ਛੋਟੇ ਵੀਰ ਸਮਝ ਕੇ। ਅਤੇ ਅੱਗੇ ਵਾਸਤੇ ਤੁਹਾਨੂੰ ਬੇਨਤੀ ਹੈ ਵੀ ਸਾਡਾ ਇਹ ਚੈਨਲ, ਇਸ 'ਤੇ ਜੇ ਤੁਸੀਂ ਚਾਹੁੰਦੇ ਹੋ ਵੀ ਅੱਗੇ ਵਾਸਤੇ ਵੀ ਕੋਈ ਫੌਜੀਆਂ ਵਾਲੀ ਮੂਵੀ ਆਵੇ ਜਾਂ ਹੋਰ ਸਮਾਜ ਨੂੰ ਸੇਧ ਦੇਣ ਵਾਲੀ ਮੂਵੀ ਆਵੇ, ਤਾਂ ਸਾਨੂੰ ਕਮੈਂਟ ਬਾਕਸ 'ਚ ਜ਼ਰੂਰ ਦੱਸਿਓ ਅਤੇ ਸਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਅਤੇ ਸਾਰੀ ਟੀਮ ਨੂੰ ਮੈਂ ਬੇਨਤੀ ਕਰੂੰਗਾ ਵੀ ਆਪਣੀ ਸਾਰੀ ਇੰਡੀਅਨ ਫੋਰਸ ਨੂੰ ਸਲੂਟ ਕਰੋ।